ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਹੁਣ ਅੱਗੇ ਹਾੜੀ ਦੇ ਸੀਜ਼ਨ ਦੇ ਵਿੱਚ ਕਿਸਾਨ ਵੀਰਾਂ ਨੇ ਜਿਹੜਾ ਚੋਨੇ ਦੀ ਕਟਾਈ ਤੋਂ ਬਾਅਦ ਜਿਵੇਂ ਕਣਕ ਦੀ ਬਿਜਾਈ ਕਰਦੇ ਕੋਈ ਕਿਸਾਨ ਵੀਰ ਮਟਰਾਂ ਦੀ ਬਿਜਾਈ ਕਰਦੇ ਹੋਰ ਸਬਜ਼ੀਆਂ ਦੀ ਆਲੂ ਦੀ ਲਵਾਈ ਕਰਦੇ ਆ ਤਾਂ ਉਹਦੇ ਨਾਲ ਨਾਲ ਜਿਹੜੀ ਆਪਾਂ ਨੂੰ ਸਰੋਂ ਵੀ ਥੋੜਾ ਥੋੜਾ ਆਪਣੇ ਘਰ ਜੋਗਾ ਜਾਂ ਕਮਰਸ਼ੀਅਲ ਸਕੇਲ ਤੇ ਵੇਚਣ ਵਾਸਤੇ ਲਾਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਹੁਣ ਤੁਸੀਂ ਦੇਖੋ ਸਬਜ਼ੀਆਂ ਦੇ ਰੇਟ ਕਿੰਨੇ ਹਾਈ ਜਾ ਰਹੇ ਆ ਸਰੋਂ ਦੇ ਤੇਲ ਦੇ ਰੇਟ ਕਿੰਨੇ ਵਧ ਰਹੇ ਆ ਸੋ ਜਿਹੜਾ ਹੈਗਾ ਤੁਸੀਂ ਘਰ ਦੇ ਵਾਸਤੇ ਆਪਾਂ ਘਟੋ-ਘਟ ਆਪਣਾ ਘਰ ਦਾ ਖਰਚ ਜਿਹੜਾ ਤੇਲ ਤੇ ਜਾਂ ਸਰੋਂ ਦੇ ਤੇਲ ਤੇ ਹੋਊਗਾ ਆਪਾਂ ਮੁੱਲ ਲੈਣ ਦੀ ਲੋੜ ਨਾ ਪਵੇ ਤੇ ਹਰ ਇੱਕ ਕਿਸਾਨ ਵੀਰ ਆਪਦੇ ਜੋਗਾ ਦਾ ਘਟੋ-ਘਟ ਜ਼ਰੂਰ ਲਾਵੇ ਸਰੋਂ ਤੇ ਜੇ ਵੱਧ ਲਾ ਸਕਦੇ ਆ ਤਾਂ ਵੱਧ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਥੋੜਾ-ਥੋੜਾ ਰਗਵਾ ਆਪਾਂ ਸਾਰੇ ਕਿਸਾਨ ਵੀਰ ਸਰੋਂ ਹੀਟ ਜ਼ਰੂਰ ਲੈ ਕੇ ਆਈਏ ਸਰੋਂ ਦੀ ਆਪਾਂ ਬੈਸਟ ਵੈਰਾਈਟੀ ਤੇ ਉਹ ਚਖਾਦਾਂ ਕਿਹੜੀਆਂ-ਕਿਹੜੀਆਂ ਪੈਣੀਆਂ ਉਹਦੇ ਬਾਰੇ ਆਪਾਂ ਗੱਲਬਾਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬੱਲੋ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਸਰੋਂ ਦੀ ਕਿਸਾਨ ਵੀਰੋ ਕਨੋਲਾ ਸਰੋਂ ਹੁਣ ਜ਼ਿਆਦਾਤਰ ਜਿਹੜੀ ਪ੍ਰਚਲਿਤ ਹੈ ਕਨੋਲਾ ਸਰੋਂ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਸਰੋਂ ਦੇ ਤੇਲ ਦੇ ਵਿੱਚ 2% ਤੋਂ ਘੱਟ ਅਰਸਿਕ ਐਸਿਡ ਤੇ ਖਾਲਾ ਜਿਹੜੀ ਇਹ ਤੋਂ ਬਣਦੀ ਉਹਦੇ ਜਿਹੜੀ ਖਾਲ ਦੇ ਵਿੱਚ 30 ਮਾਈਕਰੋਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲ ਜਿਹੜਾ ਰੂਸਿਕ ਐਸਿਡ ਹੈ ਇਹ ਮਨੁੱਖੀ ਸਿਹਤ ਵਾਸਤੇ ਮਾੜਾ ਹੈ ਦਿਲ ਦੇ ਰੋਗਾਂ ਦਾ ਖਤਰਾ ਪੈਦਾ ਕਰਦਾ ਹੈ ਤੇ ਜਿਹੜਾ ਇਹ ਗਲੂਕੋਸੀਨੋਲੇਟਸ ਹੈ ਜਿਹੜੀ ਖਲ ਦੇ ਵਿੱਚ ਜੇ 30 ਮਾਈਕਰੋਮੋਲ ਪ੍ਰਤੀ ਗ੍ਰਾਮ ਤੋਂ ਵੱਧ ਹੋਣ ਤਾਂ ਫਿਰ ਜਿਹੜਾ ਹੈ ਪਸ਼ੂਆਂ ਦੇ ਵਿੱਚ ਭੁੱਖ ਤੇ ਜਿਹੜੀ ਜਨਨ ਸਮਰੱਥਾ ਘਟਦੀ ਹੈ ਤੇ ਗੱਲੜ ਰੋਗ ਵੀ ਆ ਸਕਦਾ ਸੋ ਇਹ ਕਨੋਲਾ ਸਰੂਆਂ ਜਿਹੜੀ ਇਹ 00 ਵੈਰਾਈਟੀਆਂ ਵਜਦੀਆਂ ਨੇ ਬੈਸਟ ਹੈ ਕੁਆਲਿਟੀ ਦੇ ਵਿੱਚ ਆ ਤੇਲ ਚਾਹੇ ਜਿਹੜਾ ਪਸ਼ੂਆਂ ਵਾਸਤੇ ਆਪਾਂ ਖਾਲ ਵਰਤਣੀ ਆ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦੋ ਟਾਪ ਦੀਆਂ ਕਿਸਮਾਂ ਨੇ ਇੱਕ ਤਾਂ ਜੀਐਸਸੀ ਗੋਭੀ ਸਰੋਂ ਕਨੋਲਾ 7 ਨੰਬਰ ਇਹ 2014 ਚ ਵੈਰੈਟੀ ਰੀਲੀਜ਼ ਕੀਤੀ ਗਈ ਹੁਣ ਤੱਕ ਬਹੁਤ ਵਧੀਆ ਟਾਪ ਤੇ ਕਿਸਮ ਜਾ ਰਹੀ ਹੈ ਡਬਲ 0 ਵੈਰੈਟੀ ਹੈ 154 ਦਿਨਾਂ ਚ ਪੱਕ ਜਾਂਦੀ ਹੈ ਝੋਲ ਸਰੋਗੇ ਨੂੰ ਬਹੁਤ ਘੱਟ ਲੱਗਦਾ ਤੇ ਚਿੱਟੀ ਕੁੰਗੀ ਆ ਜਿਹੜੀ ਉਹ ਬਿਲਕੁਲ ਇਹਨੂੰ ਲੱਗਦੀ ਨਹੀਂ ਹੈਗੀ ਤੇ ਇਹਦਾ ਝਾੜ ਔਸਤ ਝਾੜ ਆ ਕਿਸਾਨ ਵੀਰੋ ਉਹ 9.8.9 ਕੁਇੰਟਲ ਦੇ ਕਰੀਬ ਆ ਤੇ ਕਿਸਾਨ ਵੀਰਾਂ ਦੇ ਫੀਲਡ ਦੇ ਵਿੱਚ 10-11 ਕੁਇੰਟਲ ਤੱਕ ਇਹ ਚਲੀ ਜਾਂਦੀ ਜੇ ਆਪਾਂ ਖਾਦਾਂ ਬਜਾਈ ਸਮੇਂ ਸਹੀ ਪਾਈਏ ਤਾਂ ਕਿਉਂਕਿ ਇਹਦੇ ਵਿੱਚ ਸਲਫਰ ਦੀ ਬੜੀ ਲੋਡ ਹੁੰਦੀ ਹੈ ਪੋਟਾਸ਼ ਤੱਤ ਜ਼ਿੰਕ ਤੱਤ ਵੀ ਲੋਡ ਅਨਸਾਰ ਪਾਉਣਾ ਚਾਹੀਦਾ ਤੇ 43% ਦੇ ਵਿੱਚ ਤੇਲ ਦੀ ਮਾਤਰਾ ਹੁੰਦੀ ਹੈ ਇਸ ਤੋਂ ਇਲਾਵਾ ਜਿਹੜੀ PGSH 1707 ਨੰਬਰ ਇਹ ਹਾਈਬ੍ਰਿਡ ਹੈ ਇਹ 2020 ਚ PGW ਲੁਧਿਆਣਾ ਨੇ ਦਿੱਤਾ ਸੀ ਇਹ ਹਾਈਬ੍ਰਿਡ ਵੈਰੈਟੀ ਆ ਇਹ ਵੀ ਤੁਸੀਂ ਲਾ ਸਕਦੇ ਪਰ ਜਿਹੜੀ GSC 7 ਜੇ ਤੁਸੀਂ ਲਾਉਨੇ ਆ ਤਾਂ ਉਹਦਾ ਬੀਜ ਤੁਸੀਂ ਹਰ ਸਾਲ ਆਪ ਹੀ ਮਤਲਬ ਘਰ ਦਾ ਰੱਖ ਸਕਦੇ ਆ ਤੇ ਹਰ ਸਾਲ ਉਹਦੀ ਜਿਹੜੀ ਤੁਸੀਂ ਬਜਾਈ ਕਰ ਸਕਦੇ ਆ ਤੇ ਇਹਦੀ ਜਿਹੜੀ ਬਜਾਈ ਦਾ ਸਹੀ ਟਾਈਮ 10 ਤੋਂ 30 ਅਕਤੂਬਰ ਹੈ ਬੈਸਟ ਟਾਈਮ ਜਿਹੜਾ ਗੋਭੀ ਸਰੋਂ ਦੀ ਇਹ ਜਿਹੜੀ GSC 7 ਕਿਸਮ ਆਪਾਂ ਲਾਉਣੀ ਆ 1.5 ਕਿਲੋ ਬੀਜ ਪ੍ਰਤੀ ਏਕੜ ਤੇ ਆਪਾਂ ਜਿਹੜਾ ਹੈਗਾ 18 ਇੰਚ ਤੇ ਸਿਆੜ ਜਿਹੜਾ ਇਹਦਾ ਗੋਭੀ ਸਰੋਂ ਦਾ ਲਾਉਣਾ ਹੁੰਦਾ ਥੋੜਾ ਜਿਹਾ ਤਾਰਾ ਮੀਰਾ ਜਾਂ ਰਾਏ ਨਾਲੋਂ ਥੋੜਾ ਜਿਹਾ ਲੈਂਨ ਤੋਂ ਲੈਣ ਦੀ ਦੂਰੀ ਵੱਧ ਰੱਖਣੀ ਪੈਂਦੀ ਆ ਉਹਨਾਂ 'ਚ 12-13 ਇੰਚ ਹੁੰਦੀ ਆ ਇਹਦੇ ਵਿੱਚ ਆਪਾਂ ਨੂੰ 18 ਇੰਚ ਰੱਖਣੀ ਪੈਂਦੀ ਆ ਤੇ 3 ਮਹੀਨੇ ਬਾਅਦ ਆਪਾਂ ਜਿਹੜੀ ਹੈਗੀ ਆ ਇਹਦੀ 4 ਕੈਂਚ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਹੋਣਾ ਚਾਹੀਦਾ 4 ਤੋਂ 5 ਇੰਚ ਤੇ ਤੇ ਜਿਹੜਾ ਬੀਜ ਜੇ ਤੁਸੀਂ ਬਜਾਈ ਕਰਨੀ ਆ ਤਾਂ ਗਿੱਲ ਹੋਵੇ ਖੇਤ ਦੇ ਵਿੱਚ ਜਾਂ ਪਰਮੀ ਰੋਣੀ ਕੀਤੇ ਹੋਏ ਤਾਂ ਬਹੁਤ ਵਧੀਆ ਗੱਲ ਹੈ ਜੇ ਗਿੱਲ ਘਾਟਾ ਤਾਂ ਤੁਸੀਂ ਇੱਕ ਰਾਤ ਪਹਿਲਾਂ ਜਿਹੜਾ ਗਿੱਲੀ ਮਿੱਟੀ ਦੇ ਵਿੱਚ ਬੀਜ ਨੂੰ ਰੱਖ ਦਿਓ ਉਹਦੇ ਨਾਲ ਕੀ ਹੁੰਦਾ ਥੋੜੀ ਸੈੱਲ ਬੀਜ ਨੂੰ ਮਿਲ ਜੂਗੀ ਤੇ ਇੱਕ ਬੀਜ ਆਪਾਂ ਨੂੰ ਜਿਹੜੇ ਬਜਾਈ ਕਰਨ ਵੇਲੇ ਵੀ ਸੌਖਾ ਰਹੂਗਾ ਬੀਜ ਦੀ ਬਜਾਈ ਹੈ ਜਿਹੜੀ ਤੁਸੀਂ ਉਹ ਜਾਂਦਾ ਡ੍ਰਿਲ ਨਾਲ ਜਾਂ ਪੂਰੇ ਨਾਲ ਤੁਸੀਂ ਕਰ ਸਕਦੇ ਆ ਇੱਕ ਡਬਲ ਡ੍ਰਿਲ ਆਉਂਦੀ ਹੈ ਕਣਕ ਤੇ ਸਰੋਂ ਦੀ ਬਜਾਈ ਕਰਨ ਵਾਲੀ ਉਹਦੇ ਨਾਲ ਵੀ ਤੁਸੀਂ ਜਿਹੜੀ ਇਹ ਕਰ ਸਕਦੇ ਆ ਬੀ ਦੀ ਡੰਗਾਈ ਹੈ ਜਿਹੜੀ ਆਪਾਂ ਡੇਢ ਤੋਂ 2 ਇੰਚ ਤੱਕ ਰੱਖਣੀ ਹੁੰਦੀ ਹੈ ਜਿਹੜੀਆਂ ਖਾਦਾਂ ਬੜੀਆਂ ਜ਼ਰੂਰੀ ਕਿਸਾਨ ਵੀਰੋ ਚੰਗਾ ਝਾੜ ਲੈਣ ਵਾਸਤੇ ਕਿਉਂਕਿ ਕਿਸਾਨ ਵੀਰ ਕਈ ਵਾਰ ਖਾਦ ਆਪਾਂ ਘੱਟ ਪਾਉਨੇ ਆ ਇਹਨੂੰ ਜਿਹੜੀ ਹੈਗੀ 90 ਕਿਲੋ ਯੂਰਗਆ ਤੇ 75 ਕਿਲੋ ਡੇਢ ਗੱਟਾ ਸੁਪਰ ਤੇ ਜ਼ਰੂਰਤ ਅਨੁਸਾਰ 10 ਕਿਲੋ ਪोटाश ਆਪਾਂ 60% ਵਾਲੀ ਪਾ ਸਕਦੇ ਜੇ ਖੇਤ ਦੇ ਵਿੱਚ ਘਾਟ ਆ ਤੇ ਜ਼ਿੰਕ ਆਪਾਂ 10 ਕਿਲੋ 21% ਵਾਲੀ ਉਹ ਪਾ ਸਕਦੇ ਆ ਸੁਪਰ ਆਪਾਂ ਤਾਂ ਪਾਉਣੀ ਹੈ ਜਿਹੜੀ ਡੇਢ ਗੱਟਾ ਉਹ ਬਜਾਈ ਸਮੇਂ ਹੀ ਪਾਉਣੀ ਹੈ ਅੱਧੀ ਯੂਰਗਆ ਬਜਾਈ ਸਮੇਂ ਪਾਉਣੀ ਹੈ 45 ਤੇ ਜਿਹੜੀ ਜਿੰਕਾ ਉਹ ਆਪਾਂ ਬਜਾਈ ਸਮੇਂ ਜਾਂ ਪਹਿਲੇ ਪਾਣੀ ਤੇ ਉਹਦਾ ਛੱਟਾ ਦੇ ਸਕਦੇ ਆ ਜਿਹੜੀ ਸੁਪਰ ਆ ਉਹਦੇ ਵਿੱਚ ਸਲਫਰ ਹੁੰਦਾ ਹੈ 11 12% ਜਿਹੜੀ ਸਲਫਰ ਦੀ ਬੜੀ ਜ਼ਰੂਰਤ ਹੁੰਦੀ ਕਿਉਂਕਿ ਤੇਲ ਦੀ ਮਾਤਰਾ ਵਧਣੀ ਦਾਣੇ ਦਾ ਭਾਰ ਵਧਣਾ ਤਾਂ ਉਹਦੇ ਵਿੱਚ ਸਲਫਰ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਜੇ ਤੁਸੀਂ ਸੁਪਰ ਨਹੀਂ ਪਾਉਂਦੇ ਡੀਏਪੀ ਪਾਉਣੇ ਫਰਜ਼ ਕਰ ਲਓ 25 27 ਕਿਲੋ ਫਿਰ ਆਪਾਂ ਨੂੰ 80 ਤੋਂ 80 ਕਿਲੋ ਤੋਂ ਲੈ ਕੇ 100 ਕਿਲੋ ਜਿਪਸਮ ਪ੍ਰਤੀ ਏਕੜ ਜਾਂ ਫਿਰ 13 ਕਿਲੋ ਬੈਂਟੋਨਾਈਟ ਸਲਫਰ ਵੱਖਰੇ ਤੌਂਡ ਤੇ ਪਾਉਣਾ ਪੈਂਦਾ ਜੇ ਆਪਾਂ ਸੁਪਰ ਦੀ ਵਰਤੋਂ ਨਹੀਂ ਕਰਦੇ ਜੇ ਡੇਡ ਡੇਡ ਘਟਾ ਸੁਪਰ ਆਪਾਂ ਬਜਾਈ ਵੇਲੇ ਪਾ ਦਿੰਨੇ ਫਿਰ ਆਪਾਂ ਨੂੰ ਜ਼ਰੂਰਤ ਨਹੀਂ ਰਹਿੰਦੀ ਸੋ ਖਾਦਾਂ ਇਹ ਜਿਹੜੀਆਂ ਸਹੀ ਮਾਤਰਾ ਦੇ ਵਿੱਚ ਆਪਾਂ ਨੂੰ ਜ਼ਰੂਰੀ ਹੈ ਜਿਹੜੀ ਸੁਪਰ ਦੇ ਨਾਲ ਆਪਾਂ ਜਿਹੜੀ 40 45 ਕਿਲੋ ਯੂਰੀਆ ਬਜਾਈ ਵੇਲੇ ਤੇ 40 45 ਕਿਲੋ ਪਹਿਲੇ ਪਾਣੀ ਤੇ ਜਿਹੜੀ ਹੈਗੀ ਪਾ ਸਕਦੇ ਆ ਤੇ ਨਦੀਨ ਨਾਸ਼ਕਾਂ ਵਾਸਤੇ ਤੁਸੀਂ ਆਪਾਂ ਜਿਹੜੀ ਬਾਅਦ ਚੋਂ ਗੋਡੀ ਕਰ ਸਕਦੇ ਆ ਕਿਉਂਕਿ ਜਿਹੜੇ ਨਦੀਨ ਨਾਸ਼ਕ ਵਰਤਣ ਤੋਂ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਚਾਹੀਦਾ ਜਾਂ ਫਿਰ ਪ੍ਰੀਮਰਜੈਂਸ ਆਪਾਂ ਜਿਹੜੀ ਸਟੰਪ ਵਗੈਰਾ ਦੀ ਵਰਤੋਂ ਕਰ ਸਕਦੇ ਹੋ ਹੋਰ ਤੁਹਾਡਾ ਕੋਈ ਸਵਾਲ ਸਜਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ